ਅਰਬਨਿਟੀ ਵੀ ਤੇ ਇਸ ਵੇਲੇ ਦੀ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਿਆਨਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੰਤਰ ਦੇ ਵਜੋਂ ਹੋਈ ਆ ਜਿਸ ਦੀ ਉਮਰ ਮਹਿਜ਼ 11 ਸਾਲ ਸੀ। ਤਾਂ ਜੋ ਜਾਣਕਾਰੀ ਮਿਲ ਰਹੀ ਆ ਗੁਰਮੰਤਰ ਕਰੀਬ ਪੌਣੇ 4 ਵਜੇ ਆਪਣੇ ਸਕੂਲ ਤੋਂ ਵਾਪਸ ਪਰਤ ਰਿਹਾ ਸੀਗਾ ਤਾਂ ਸਾਈਕਲ ਤੇ ਉਹ ਸਵਾਰ ਸੀਗਾ ਤੇ ਜਦੋਂ ਸਕੂਲ ਤੋਂ ਆਕਰ ਆ ਰਿਹਾ ਹੁੰਦਾ ਤੇ ਰਸਤੇ ਦੇ ਵਿੱਚ ਇੱਕ ਸਕੂਲ ਬੱਸ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਜਿਸ ਦੇ ਵਿੱਚ ਗੁਰਮੰਤਰ ਦੇ ਕਈ ਸੱਟਾਂ ਵੱਜਦੀਆਂ ਨੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਾਂਦਾ ਤਾਂ ਬਾਅਦ ਦੇ ਵਿੱਚ ਗੁਰਮੰਤਰ ਨੂੰ ਹਸਪਤਾਲ ਵੀ ਲਿਜਾਇਆ ਜਾਂਦਾ ਜਿੱਥੇ ਉਸ ਦਾ ਇਲਾਜ ਚੱਲਦਾ ਪਰ ਸੱਟਾਂ ਦੀ ਤਾਬਨਾ ਚੱਲਦੇ ਹੋਏ ਆਖਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਉਹ ਹਾਰ ਜਾਂਦਾ ਤਾਂ ਮੰਦ ਭਾਗੀ ਖਬਰ ਹੈਗੀ ਆ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਗੁਰਮੰਤਰ ਦੀ ਤਸਵੀਰ ਆ ਤੇ ਇਸ ਦੇ ਨਾਲ ਜਦੋਂ ਇਹ ਸੜਕ ਹਾਦਸਾ ਵਾਪਰਿਆ ਜਿਸ ਬੱਸ ਦੇ ਨਾਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੇ ਉਹ ਸਾਈਕਲ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਜਿਸ ਦੀ ਟੱਕਰ ਹੋਈ ਆ ਤਾਂ ਇਸ ਬੱਸ ਡਰਾਈਵਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਆ ਤਾਂ ਜੋ ਬੱਸ ਡਰਾਈਵਰ ਸੀ ਉਸ ਦੀ ਉਮਰ ਮਹਿਜ਼ ਉਸ ਦੀ ਉਮਰ 60 ਸਾਲ ਦੱਸੀ ਜਾ ਰਹੀ ਆ ਹਾਲਾਂਕਿ ਜੇਕਰ ਦੂਸਰੇ ਪਾਸੇ ਗੁਰਮੰਤਰ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਇਹ ਸੜਕ ਹਾਸਾ ਵਾਪਰਦਾ ਤਾਂ ਉਸਦੇ ਕਾਫੀ ਸੱਟਾਂ ਵਜਦੀਆਂ ਨੇ ਤਾਂ ਪਰਿਵਾਰਕ ਮੈਂਬਰਾਂ ਨੂੰ ਵੀ ਹੱਥ-ਪੈਰਾਂ ਦੀ ਪਾਈ ਜਾਂਦੀ ਆ ਉਸ ਨੂੰ ਮੌਕੇ ਤੇ ਹਸਪਤਾਲ ਵੀ ਲਿਜਾਇਆ ਜਾਂਦਾ ਪਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦਾ ਤਾਂ ਪਰਿਵਾਰ ਦੇ ਲਈ ਬਹੁਤ ਵੱਡਾ ਕਾਟਾ ਹੈ ਗਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਮਾਸੂਮ ਬੱਚਾ 11 ਸਾਲ ਇਸ ਦੀ ਉਮਰ ਸੀ ਦਾ ਮਾਪਿਆਂ ਦਾ ਜ਼ਿਕਰ ਦਾ ਟੁਕੜਾ ਸੀਗਾ ਸਿੱਖੀ ਸਰੂਪ ਦੇ ਵਿੱਚ ਸੀਗਾ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਬਹੁਤ ਤੇ ਜਿਹੜੇ ਬੱਚੇ ਨੇ ਉਹ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਹੁੰਦੇ ਪਰ ਪਰਿਵਾਰਕ ਦਾ ਤੁਸੀਂ ਇਹ ਦੇਖ ਸਕਦੇ ਹੋ ਕਿ ਪਸ਼ੋਕੜ ਕਿਸ ਤਰ੍ਹਾਂ ਆਪਣੀਆਂ ਜੜ੍ਹਾਂ ਦੇ ਨਾਲ ਉਹ ਜੁੜੇ ਹੋਏ ਸਨ ਤਾਂ ਮੋਗਾ ਦੇ ਪਿੰਡ ਝੂੜ ਚੱਕ ਦਾ ਇਹਨਾਂ ਦਾ ਪਸ਼ੋਕੜ ਸੀਗਾ ਤਾਂ ਪੂਰਾ ਜਿਹੜੀ ਇਹ ਦੱਸਦੀ ਹੈ ਕਿ ਜਿਹੜਾ ਮਾਸੂਮ ਬੱਚਾ ਸੀਗਾ ਜਿਸ ਦੀ ਪਛਾਣ ਗੁਰਮੰਤਰ ਦੇ ਵਜੋਂ ਹੋਈ ਆ ਜੋ ਆਪਣੇ ਸਕੂਲ ਤੋਂ ਘਰ ਨੂੰ ਵਾਪਸ ਜਾ ਰਿਹਾ ਸੀਗਾ ਉਮਰ ਇਸ ਦੀ ਮਹਿਜ 11 ਸਾਲ ਸੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਿਗਰ ਦਾ ਟੁਕੜਾ ਉਹਨਾਂ ਦਾ ਉਹਨਾਂ ਦੇ ਕੋਲੋਂ ਚਲਾ ਜਾ ਚੁੱਕਿਆ ਤਾਂ ਇੱਕ ਪਾਸੇ ਜਦੋਂ ਕੋਈ ਵੀ ਬੱਚਾ ਹੈਗਾ ਉਸ ਨੂੰ ਜਦੋਂ ਸਕੂਲ ਪੜ੍ਹ ਕੇ ਆਉਂਦਾ ਉਸ ਨੂੰ ਵੀ ਇੱਕ ਚਾਹ ਹੁੰਦਾ ਚਲੋ ਅੱਜ ਸਕੂਲ ਮੈਂ ਕਹਿੰਦਾ ਲਗਾ ਲਿਆ ਹੈਗਾ ਤੇ ਘਰੇ ਜਾ ਕੇ ਮੈਂ ਆਪਣੇ ਮਾਪਿਆਂ ਦੇ ਨਾਲ ਸਮਾਂ ਬਤੀਤ ਕਰਾਂਗਾ ਜਾਂ ਫਿਰ ਖੇਡਾਂਗਾ ਪਰ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਰਸਤੇ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹਾਸਾ ਵਾਪਰ ਜਾਵੇਗਾ ਤਾਂ ਆਸਟ੍ਰੇਲੀਆ ਤੋਂ ਜਿਹੜੀ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਆ ਜਿੱਥੇ ਇੱਕ ਸੜਕ ਹਾਦਸੇ ਦੇ ਵਿੱਚ ਪੰਜਾਬੀ ਬੱਚੇ ਦੀ ਮੌਤ ਹੋ ਗਈ ਆ ਮ੍ਰਿਤਕ ਦੀ ਪਛਾਣ ਗੁਰਮੰਤਰ ਦੇ ਵਜੋਂ ਹੋਈ ਆ ਜਿਸ ਦੀ ਉਮਰ ਮਹੱਜ 11 ਸਾਲ ਸੀ ਗੁਰਮੰਤਰ ਜਦੋਂ ਆਪਣੇ ਸਕੂਲ ਤੋਂ ਘਰ ਵਾਪਸ ਜਾ ਰਿਹਾ ਹੁੰਦਾ ਤਕਰੀਬ ਪੌਣੇ 4 ਵਜੇ ਜਦੋਂ ਸਕੂਲ ਇੱਕ ਬੱਸ ਦੇ ਵੱਲੋਂ ਉਸਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਆ ਤਾਂ ਜਿਹੇ ਦੇ ਵਿੱਚ ਗੁਰਮੰਤਰ ਦੇ ਕਾਫੀ ਸੱਟਾਂ ਲੱਗਦੀਆਂ ਨੇ ਤੇ ਉਸ ਨੂੰ ਹਸਪਤਾਲ ਵੀ ਪਹੁੰਚਾਇਆ ਜਾਂਦਾ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਸੜਕ ਹਾਦਸਾ ਵਾਪਰਿਆ ਉਸ ਮੌਕੇ ਦੀ ਤਸਵੀਰ ਹੈਗੀ ਆ ਤਾਂ ਜੋ ਜਾਣਕਾਰੀ ਮਿਲ ਰਹੀ ਆ ਗੁਰਮੰਤਰ ਦੇ ਪਿਤਾ ਉਹਨਾਂ ਦਾ ਜੋ ਪਸ਼ੋਕੜਾ ਮੋਗਾ ਦੇ ਪਿੰਡ ਚੂੜਚੱਕ ਦਾ ਸੀਗਾ ਤਾਂ ਜਿੱਥੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਹੈਗੀ ਆ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਜੋ ਉਹਨਾਂ ਦਾ ਛੂਟ ਚੱਕ ਪਿੰਡ ਹੈਗਾ ਤਾਂ ਉੱਥੇ ਵੀ ਸੋਗ ਦੀ ਲਹਿਰ ਫੈਲੀ ਹੈ